ਬੱਚਿਓ ਹੁਣ ਅਸੀਂ 12 ਅਤੇ 8 ਦਾ ਮਹੱਤਵ ਸਵਾਵ ਵਰਤਕ ਪਤਾ ਕਰਾਂਗੇ ਸਭ ਤੋਂ ਪਹਿਲਾਂ 12 ਮੁੰਡੇ ਇੱਕ ਲਾਈਨ ਵਿੱਚ ਖੜੇ ਹੋ ਜਾਓ ਹੁਣ 8 ਕੁੜੀਆਂ ਇਹਨਾਂ ਮੁੰਡਿਆਂ ਦੇ ਅੱਗੇ ਲਾਈਨ ਬਣਾ ਲਓ ਹੁਣ ਬੱਚਿਓ ਦੱਸੋ ਕਿ ਮੁੰਡੇ ਕਿੰਨੇ ਵੱਧ ਹਨ ਹੁਣ ਇਹ 4 ਮੁੰਡੇ ਕੁੜੀਆਂ ਦੀ ਲਾਈਨ ਦੇ ਅੱਗੇ ਆਓ ਬਾਕੀ ਮੁੰਡੇ ਬੈਠ ਜਾਓ ਹੁਣ ਕਿੰਨੀਆਂ ਕੁੜੀਆਂ ਵੱਧ ਹਨ ਚਾਰ ਵੱਧ ਕੁੜੀਆਂ ਮੁੰਡਿਆਂ ਦੀ ਲਾਈਨ ਦੇ ਸਾਹਮਣੇ ਆ ਜਾਓ ਅਤੇ ਬਾਕੀ 4 ਬੈਠ ਜਾਓ ਦੱਸੋ ਮੁੰਡੇ ਵੱਧ ਹਨ ਜਾਂ ਕੁੜੀਆਂ ਜੀ ਦੋਵੇਂ ਬਰਾਬਰ ਹਨ ਕਿਉਂਕਿ ਦੋਵੇਂ ਲਾਈਨਾਂ ਵਿੱਚ ਬਰਾਬਰ ਹਨ ਇਸ ਲਈ ਹੁਣ ਇਹ ਪ੍ਰਕਿਰਿਆ ਖਤਮ ਹੋ ਗਈ ਦੋਵੇਂ ਲਾਈਨਾਂ ਵਿੱਚ ਕਿੰਨੇ ਕਿੰਨੇ ਵਿਦਿਆਰਥੀ ਖੜੇ ਹਨ ਇਸ ਲਈ 8 ਅਤੇ 12 ਦਾ ਮਹੱਤਵ ਸਮਾਪ ਵਰਤਕ ਹੋਵੇਗਾ 4 ਕੀ ਤੁਹਾਨੂੰ ਇਹ ਵਿਧੀ ਪਤਾ ਲੱਗ ਗਈ ਹੈ ਜੀ ਸਰ ਹੁਣ ਅਸੀਂ ਜਮਾਤ ਵਿੱਚ ਜਾਵਾਂਗੇ ਅਤੇ ਮਹੱਤਵ ਸਮਾਪ ਵਰਤਕ ਪਤਾ ਕਰਨ ਦੀ ਇੱਕ ਹੋਰ ਵਿਧੀ ਸਿੱਖਾਂਗੇ ਬੱਚਿਓ ਅਸੀਂ 16 ਅਤੇ 28 ਦਾ ਮਹੱਤਵ ਸਮਾਪ ਵਰਤਕ ਪਤਾ ਕਰਾਂਗੇ ਬੱਚਿਓ ਹੁਣ ਅਸੀਂ ਸਭ ਤੋਂ ਪਹਿਲਾਂ 16 ਦੇ ਗੁਣਨਖੰਡ ਪਤਾ ਕਰਾਂਗੇ ਇੱਕ 16 16 ਸ਼ਾਬਾਸ਼ ਬੱਚਿਓ 2 8 16 ਸ਼ਾਬਾਸ਼ 4 ਚੌਕੇ 16 ਬਿਲਕੁਲ ਠੀਕ ਅੰਕਾਂ ਦੀ ਦੁਹਰਾਈ ਹੋ ਰਹੀ ਹੈ ਇਸ ਲਈ ਸਾਰੇ ਗੁਣਨਖੰਡ ਪਤਾ ਲੱਗ ਗਏ ਬਿਲਕੁਲ ਠੀਕ ਹੁਣ ਤੁਸੀਂ ਵਧਦੇ ਕ੍ਰਮ ਵਿੱਚ ਦੱਸੋ ਕਿ ਕਿਹੜੇ ਕਿਹੜੇ ਗੁਣਨਖੰਡ ਬਣੇ ਹਨ ਇੱਕ ਗੁਣਨਖੰਡ 1 2 4 8 ਅਤੇ 16 ਹਨ ਬੱਚਿਓ ਹੁਣ ਅਸੀਂ 28 ਦੇ ਗੁਣਨਖੰਡ ਪਤਾ ਕਰਾਂਗੇ 1 28 28 14 2 28 ਸ਼ਾਬਾਸ਼ ਬੇਟਾ ਪਹਾੜੇ ਵਿੱਚ ਵੀ 28 ਆਉਂਦਾ ਹੈ ਪਰ 7 ਅਤੇ 4 ਦੀ ਦੁਹਰਾਈ ਹੋ ਰਹੀ ਹੈ ਬਿਲਕੁਲ ਠੀਕ ਹੁਣ ਤੁਸੀਂ 28 ਦੇ ਗੁਣਨਖੰਡ ਬੋਲੋ ਸ਼ਾਬਾਸ਼ ਬੱਚਿਓ ਹੁਣ ਇਹ ਦੱਸੋ ਕਿ 16 ਦੇ ਗੁਣਨਖੰਡਾਂ ਅਤੇ 28 ਦੇ ਗੁਣਨਖੰਡਾਂ ਵਿੱਚ ਸਾਂਝੇ ਗੁਣਨਖੰਡ ਕਿਹੜੇ ਹਨ ਜੀ 1 2 ਅਤੇ 4 ਸਾਂਝੇ ਹਨ
ਸ਼ਾਬਾਸ਼ ਬੱਚਿਓ, ਹੁਣ ਤੁਸੀਂ ਇਹ ਦੱਸੋ ਕਿ ਇਹਨਾਂ ਸਾਂਝੇ ਗੁਣਨ ਖੰਡਾਂ ਵਿੱਚ ਸਭ ਤੋਂ ਵੱਡਾ ਸਾਂਝਾ ਗੁਣਨ ਖੰਡ ਕਿਹੜਾ ਹੈ? ਜੀ, ਚਾਰ। ਸ਼ਾਬਾਸ਼, ਚਾਰ ਬਿਲਕੁਲ ਠੀਕ ਹੈ। ਕਿਸੇ ਦੋ ਸੰਖਿਆਵਾਂ ਦਾ ਸਭ ਤੋਂ ਵੱਡਾ ਸਾਂਝਾ ਗੁਣਨ ਖੰਡ ਉਹਨਾਂ ਸੰਖਿਆਵਾਂ ਦਾ ਮਹੱਤਵ ਸਮਾਪ ਵਰਤਕ ਹੁੰਦਾ ਹੈ। ਮਹੱਤਵ ਸਮਾਪ ਵਰਤਕ ਨੂੰ ਅਸੀਂ ਮ, ਸ, ਵ ਵੀ ਕਹਿੰਦੇ ਹਾਂ। ਬੱਚਿਓ, 16 ਅਤੇ 28 ਦਾ ਸਭ ਤੋਂ ਵੱਡਾ ਸਾਂਝਾ ਗੁਣਨ ਖੰਡ 4 ਹੈ। ਇਸ ਲਈ 4 ਹੀ ਇਹਨਾਂ ਸੰਖਿਆਵਾਂ ਦਾ ਮ, ਸ, ਵ ਹੈ। ਬੱਚਿਓ, ਇਸੇ ਤਰੀਕੇ ਅਸੀਂ 2 ਤੋਂ ਵੱਧ ਸੰਖਿਆਵਾਂ ਦਾ ਮ, ਸ, ਵ ਵੀ ਪਤਾ ਕਰ ਸਕਦੇ ਹਾਂ। ਬੱਚਿਓ, ਹੁਣ ਅਸੀਂ 12 ਅਤੇ 8 ਦਾ ਮਹੱਤਵ ਸਵਾਭ ਵਰਤਕ ਪਤਾ ਕਰਾਂਗੇ। ਸਭ ਤੋਂ ਪਹਿਲਾਂ 12 ਮੁੰਡੇ ਇੱਕ ਲਾਈਨ ਵਿੱਚ ਖੜੇ ਹੋ ਜਾਓ। ਹੁਣ 8 ਕੁੜੀਆਂ ਇਹਨਾਂ ਮੁੰਡਿਆਂ ਦੇ ਅੱਗੇ ਲਾਈਨ ਬਣਾ ਲਓ। ਹੁਣ ਬੱਚਿਓ ਦੱਸੋ ਕਿ ਮੁੰਡੇ ਕਿੰਨੇ ਵੱਧ ਹਨ? ਚਾਰ। ਹੁਣ ਇਹ 4 ਮੁੰਡੇ ਕੁੜੀਆਂ ਦੀ ਲਾਈਨ ਦੇ ਅੱਗੇ ਆਓ, ਬਾਕੀ ਮੁੰਡੇ ਬੈਠ ਜਾਓ। ਹੁਣ ਕਿੰਨੀਆਂ ਕੁੜੀਆਂ ਵੱਧ ਹਨ? ਚਾਰ। ਹੁਣ ਇਹ 4 ਵੱਧ ਕੁੜੀਆਂ ਮੁੰਡਿਆਂ ਦੀ ਲਾਈਨ ਦੇ ਸਾਹਮਣੇ ਆ ਜਾਓ ਅਤੇ ਬਾਕੀ 4 ਬੈਠ ਜਾਓ। ਦੱਸੋ, ਮੁੰਡੇ ਵੱਧ ਹਨ ਜਾਂ ਕੁੜੀਆਂ? ਜੀ, ਦੋਵੇਂ ਬਰਾਬਰ ਹਨ। ਕਿਉਂਕਿ ਦੋਵੇਂ ਲਾਈਨਾਂ ਵਿੱਚ ਬਰਾਬਰ ਹਨ, ਇਸ ਲਈ ਹੁਣ ਇਹ ਪ੍ਰਕਿਰਿਆ ਖਤਮ ਹੋ ਗਈ। ਦੋਵੇਂ ਲਾਈਨਾਂ ਵਿੱਚ ਕਿੰਨੇ ਕਿੰਨੇ ਵਿਦਿਆਰਥੀ ਖੜੇ ਹਨ? ਇਸ ਲਈ 8 ਅਤੇ 12 ਦਾ ਮਹੱਤਵ ਸਮਾਪ ਵਰਤਕ ਹੋਵੇਗਾ 4। ਕੀ ਤੁਹਾਨੂੰ ਇਹ ਵਿਧੀ ਪਤਾ ਲੱਗ ਗਈ ਹੈ? ਹੁਣ ਅਸੀਂ ਜਮਾਤ ਵਿੱਚ ਜਾਵਾਂਗੇ ਅਤੇ ਮਹੱਤਵ ਸਮਾਪ ਵਰਤਕ ਪਤਾ ਕਰਨ ਦੀ ਇੱਕ ਹੋਰ ਵਿਧੀ ਸਿੱਖਾਂਗੇ। ਬੱਚਿਓ, ਅਸੀਂ 16 ਅਤੇ 28 ਦਾ ਮਹੱਤਵ ਸਮਾਪ ਵਰਤਕ ਪਤਾ ਕਰਾਂਗੇ। ਬੱਚਿਓ, ਹੁਣ ਅਸੀਂ ਸਭ ਤੋਂ ਪਹਿਲਾਂ 16 ਦੇ ਗੁਣਨ ਖੰਡ ਪਤਾ ਕਰਾਂਗੇ। ਇੱਕ 16, 16। ਸ਼ਾਬਾਸ਼ ਬੱਚਿਓ। 2, 8, 16। ਸ਼ਾਬਾਸ਼। 4, 4, 16। ਬਿਲਕੁਲ ਠੀਕ। ਅੰਕਾਂ ਦੀ ਦੁਹਰਾਈ ਹੋ ਰਹੀ ਹੈ, ਇਸ ਲਈ ਸਾਰੇ ਗੁਣਨ ਖੰਡ ਪਤਾ ਲੱਗ ਗਏ। ਬਿਲਕੁਲ ਠੀਕ। ਹੁਣ ਤੁਸੀਂ ਵਧਦੇ ਕ੍ਰਮ ਵਿੱਚ ਦੱਸੋ ਕਿ ਕਿਹੜੇ ਕਿਹੜੇ ਗੁਣਨ ਖੰਡ ਬਣੇ ਹਨ। ਇੱਕ, ਇੱਕ, 2, 4, 8 ਅਤੇ 16 ਹਨ। ਬੱਚਿਓ, ਹੁਣ ਅਸੀਂ 28 ਦੇ ਗੁਣਨ ਖੰਡ ਪਤਾ ਕਰਾਂਗੇ। ਇੱਕ, 28, 28।
ਸ਼ਾਬਾਸ਼ ਬੇਟਾ। ਚਾਰ ਦਾ ਪਹਾੜਾ ਸੱਤ ਤੱਕ ਪੜਨ ਤੇ 28 ਆਉਂਦਾ ਹੈ। ਸ਼ਾਬਾਸ਼। ਸੱਤ ਦੇ ਪਹਾੜੇ ਵਿੱਚ ਵੀ 28 ਆਉਂਦਾ ਹੈ, ਪਰ ਸੱਤ ਅਤੇ ਚਾਰ ਦੀ ਦੁਹਰਾਈ ਹੋ ਰਹੀ ਹੈ। ਬਿਲਕੁਲ ਠੀਕ। ਹੁਣ ਤੁਸੀਂ 28 ਦੇ ਗੁਣਨਖੰਡ ਬੋਲੋ। 1, 2, 4, 7, 14, 28। ਸ਼ਾਬਾਸ਼ ਬੱਚਿਓ। ਹੁਣ ਇਹ ਦੱਸੋ ਕਿ 16 ਦੇ ਗੁਣਨਖੰਡਾਂ ਅਤੇ 28 ਦੇ ਗੁਣਨਖੰਡਾਂ ਵਿੱਚ ਸਾਂਝੇ ਗੁਣਨਖੰਡ ਕਿਹੜੇ ਹਨ? ਜੀ, 1, 2 ਅਤੇ 4 ਸਾਂਝੇ ਹਨ। ਸ਼ਾਬਾਸ਼ ਬੱਚਿਓ। ਹੁਣ ਤੁਸੀਂ ਇਹ ਦੱਸੋ ਕਿ ਇਹਨਾਂ ਸਾਂਝੇ ਗੁਣਨਖੰਡਾਂ ਵਿੱਚ ਸਭ ਤੋਂ ਵੱਡਾ ਸਾਂਝਾ ਗੁਣਨਖੰਡ ਕਿਹੜਾ ਹੈ? ਜੀ, 4। ਸ਼ਾਬਾਸ਼, 4 ਬਿਲਕੁਲ ਠੀਕ ਹੈ। ਕਿਸੇ ਦੋ ਸੰਖਿਆਵਾਂ ਦਾ ਸਭ ਤੋਂ ਵੱਡਾ ਸਾਂਝਾ ਗੁਣਨਖੰਡ ਉਹਨਾਂ ਸੰਖਿਆਵਾਂ ਦਾ ਮਹੱਤਵ ਸਮਾਪਵਰਤਕ ਹੁੰਦਾ ਹੈ। ਮਹੱਤਵ ਸਮਾਪਵਰਤਕ ਨੂੰ ਅਸੀਂ ਮ, ਸ, ਵ ਵੀ ਕਹਿੰਦੇ ਹਾਂ। ਬੱਚਿਓ, 16 ਅਤੇ 28 ਦਾ ਸਭ ਤੋਂ ਵੱਡਾ ਸਾਂਝਾ ਗੁਣਨਖੰਡ 4 ਹੈ। ਇਸ ਲਈ 4 ਹੀ ਇਹਨਾਂ ਸੰਖਿਆਵਾਂ ਦਾ ਮ, ਸ, ਵ ਹੈ। ਬੱਚਿਓ, ਇਸੇ ਤਰੀਕੇ ਅਸੀਂ 2 ਤੋਂ ਵੱਧ ਸੰਖਿਆਵਾਂ ਦਾ ਮ, ਸ, ਵ ਵੀ ਪਤਾ ਕਰ ਸਕਦੇ ਹਾਂ।